ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਦਾ ਇਹ ਨੋਟਿਸ DAV ਕਾਲਜ ਮਲੋਟ ਪੰਜਾਬ ਵੱਲੋਂ ਆਇਆ ਹੈ ਜੀ। ਇਹਨਾਂ ਪੋਸਟਾਂ ਨੂੰ ਕੌਣ ਕੌਣ ਅਪਲਾਈ ਕਰ ਸਕਦਾ ਹੈ, ਕਿਵੇਂ ਅਪਲਾਈ ਕਰਨਾ, ਏਜ ਕੀ ਰਹੇਗੀ, ਕੁਆਲੀਫਿਕੇਸ਼ਨ ਕੀ ਰਹੇਗੀ, ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਤੁਹਾਨੂੰ ਇੱਕ ਫਾਰਮ ਦੀ ਜ਼ਰੂਰਤ ਹੋਵੇਗੀ। ਉਹ ਫਾਰਮ ਤੁਹਾਨੂੰ ਕਾਲਜ ਤੋਂ ਮਿਲੇਗਾ ਜੀ। ਦੋਸਤੋ, ਇਹ ਪੋਸਟਾਂ ਅਸਿਸਟੈਂਟ ਪ੍ਰੋਫੈਸਰ ਦੀਆਂ ਨੇ ਰੈਗੂਲਰ ਬੇਸ 'ਤੇ, ਕਮਰਸ ਦੀਆਂ 2 ਨੇ, ਕੰਪਿਊਟਰ ਸਾਇੰਸ ਦੀਆਂ 4 ਨੇ। ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਤੁਹਾਨੂੰ ਕੁਆਲੀਫਿਕੇਸ਼ਨ UGC ਜਾਂ ਸਟੇਟ ਗੌਰਮੈਂਟ ਜਾਂ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੋਵੇ। ਫਾਰਮ ਤੁਸੀਂ ਔਫਲਾਈਨ ਭਰੋਗੇ। ਇਹ ਨੋਟਿਸ ਜਾਰੀ ਹੋਣ ਤੋਂ 21 ਦਿਨ ਦੇ ਅੰਦਰ ਅੰਦਰ ਤੁਸੀਂ ਇਸ ਫਾਰਮ ਨੂੰ ਭੇਜ ਸਕਦੇ ਹੋ। ਭੇਜਣਾ ਕਿੱਥੇ ਆ? ਦਾ ਦਿਓਣ ਕਾਲਜ ਡਿਵੈਲਪਮੈਂਟ ਕੌਂਸਿਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੁਸੀਂ ਭੇਜ ਦੇਣਾ ਹੈ। SC ST ਨੂੰ ਛੂਟ ਦਿੱਤੀ ਜਾ ਰਹੀ ਹੈ। ਦੋਸਤੋ, ਜਦੋਂ ਇਸ ਫਾਰਮ ਨੂੰ ਤੁਸੀਂ ਭੇਜਣਾ ਹੈ ਤਾਂ ਇੱਕ ਵਾਰੀ ਇਸ ਨੰਬਰ 'ਤੇ ਕੰਟੈਕਟ ਕਰ ਲੈਣਾ। ਦੋਸਤੋ, ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਦੇਖਣ ਲਈ ਧੰਨਵਾਦ।